खालसा श्री वाहेगुरु जी की फतेह। मैं गुरप्रीत कौर सैलेट चैनल 24/7 एंड ओनियर चैनल 24/7 तो अज थोड़े नाल उपस्थित हाँ फलौर विखे मीरी पीरी दे मालक छेवीं पातशाही श्री गुरु हरगोबिंद साहब जी के पवित्र अस्थान बौली साहब विखे। सो अज थानू इस पवित्र अस्थान के दर्शन करवावांगे अते इस दे सिख इतिहास नाल भी थानू जाणू करवावांगे। आओ हुण तुहानू गुरद्वारा साहब दे दर्शन करवाइए जिथे गुरु महाराज जी का प्रकाश सिरजिया होया है। गुरु जी की फतेह। सो अज आप बाली साहब गुरद्वारा साहब पहुँचे हाँ। हूँ आप एक जुड़ा गुरद्वारा साहब के ग्रंथी जी ने उन्हों तो आप इस गुरद्वारा जी के इतिहास बारे जाणांगे। सो आओ जानते हैं गुरद्वारा जी का इतिहास की है। हाँ जी गुरु वाहेगुरु जी का खालसा वाहेगुरु जी की फतेह। गुरु रूप साध सिंह जीओ ये गुरद्वारा साहब पातशाही छेवीं गुरद्वारा बौली साहब फलौर है। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਥਾਣ ਦੀ ਢਾਬ ਤੋਂ ਜੰਗ ਜਿੱਤਦੇ ਹੋਏ ਇਸ ਥਾਂ 'ਤੇ ਇੱਕ ਰਾਤ ਕੱਟਣ ਵਾਸਤੇ ਰਹੇ ਸਨ। ਉਸ ਤੋਂ ਪਹਿਲਾਂ ਜੋ ਕਿ ਲੁਧਿਆਣਾ ਠਹਿਰਨ ਤੋਂ ਉਪਰੰਤ ਗੁਜਰਵਾਲਾ ਪਿੰਡ ਹੈ ਜੋ ਉਸ ਤੋਂ ਉਪਰੰਤ ਦਰਿਆ ਪਾਰ ਕਰਕੇ ਸਤਲੁਜ ਇਸ ਸਥਾਨ 'ਤੇ 14/12/1631 ਨੂੰ ਇਸ ਸਥਾਨ 'ਤੇ ਸਤਲੁਜ ਦਰਿਆ ਨੂੰ ਪਾਰ ਕਰਦੇ ਹੋਏ ਫੌਜਾਂ ਸਮੇਤ ਪਹੁੰਚੇ ਸਨ। ਇਸ ਸਥਾਨ 'ਤੇ ਪਹੁੰਚਣ ਵਾਸਤੇ ਸਤਲੁਜ ਦਰਿਆ ਨੂੰ ਪਾਰ ਕਰਨ ਵਾਸਤੇ ਜੋ ਮਲਾਹ ਸਨ ਬੇੜੀਆਂ ਲੈ ਕੇ ਉਸ ਦਰਿਆ ਨੂੰ ਪਾਰ ਕਰਵਾਉਂਦੇ ਸਨ। ਗੁਰੂ ਸਾਹਿਬ ਦੇ ਨਾਲ ਬਹੁਤ ਸਾਰੀ ਫੌਜ ਸੀਗੀ ਜੋ ਕਿ ਕਿਸ਼ਤੀਆਂ ਰਾਹੀਂ ਇਸ ਦਰਿਆ ਨੂੰ ਪਾਰ ਕੀਤਾ ਹੈ। ਉਸ ਤੋਂ ਉਪਰੰਤ ਗੁਰੂ ਸਾਹਿਬਾ ਜੀ ਨੂੰ ਲੈਣ ਵਾਸਤੇ ਇੱਕ ਬਹੁਤ ਸੁੰਦਰ ਕਿਸ਼ਤੀ ਜੋ ਮਲਾਹਾਂ ਨੇ ਲਿਆਂਦੀ ਉਹ ਕਿਸ਼ਤੀ ਇਸ ਰਾਜੇ ਸ਼ਾਹਜਹਾਨ ਵਾਸਤੇ ਦਰਿਆ ਪਾਰ ਕਰਨ ਵਾਸਤੇ ਉਹਨਾਂ ਨੇ ਲਿਆਂਦੀ ਹੋਈ ਸੀ। ਜੋ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਲਾਹਾਂ ਨੇ ਕਿ ਮਹਾਰਾਜ ਜੀ ਆਪ ਜੀ ਨੂੰ ਦਰਿਆ ਪਾਰ ਕਰਵਾਉਣ ਵਾਸਤੇ ਕਿਸ਼ਤੀ ਲਿਆਂਦੀ ਹੈ ਅਤੇ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ ਇਸ ਕਿਸ਼ਤੀ ਵਿੱਚ ਸਵਾਰ ਹੋ ਕੇ ਸਤਲੁਜ ਦਰਿਆ ਨੂੰ ਪਾਰ ਕਰਦੇ ਹੋਏ ਇਸ ਸਥਾਨ ਗੁਰਦੁਆਰਾ ਬੋਲੀ ਸਾਹਿਬ ਵਿਖੇ ਪਹੁੰਚੇ ਹਨ। ਇੱਕ ਰਾਤ ਇੱਥੇ ਰਹਿਣ ਉਪਰੰਤ ਗੁਰੂ ਸਾਹਿਬਾਂ ਨੇ ਮਲਾਹਾਂ ਦੀ ਉਹ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ 500 ਮੋਹਰਾਂ ਦੀ ਸੇਵਾ ਦਿੱਤੀ ਅਤੇ ਸੰਗਤਾਂ ਸਮੇਤ ਇੱਕ ਰਾਤ ਇਸ ਸਥਾਨ ਗੁਰਦੁਆਰਾ ਬੋਲੀ ਸਾਹਿਬ ਵਿਖੇ ਰਹਿਣ ਉਪਰੰਤ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਫੌਜਾਂ ਸਮੇਤ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਨੂੰ ਚਾਲੇ ਪਾਉਂਦੇ ਹੋਏ ਚਲੇ ਗਏ। ਜਿਸ ਟਾਈਮ ਮਹਾਰਾਜ ਜੀ ਪਹੁੰਚੇ ਸਨ ਇਸ ਸਥਾਨ ਦਾ ਜੋ ਵਾਤਾਵਰਣ ਹੈ ਬਹੁਤ ਸੁੰਦਰ ਸੀਗਾ ਸ਼ੋਭਨੀ ਸੀਗਾ ਜੋ ਸੰਗਤਾਂ ਦੇ ਮਨ ਨੂੰ ਬਹੁਤ ਭਾਇਆ ਅਤੇ ਸਭ ਸੰਗਤਾਂ ਨੇ ਸ਼ਲਾਘਾ ਕੀਤੀ। ਗੁਰੂ ਪਾਤਸ਼ਾਹ ਨੇ ਸੰਗਤਾਂ ਸਮੇਤ ਇੱਕ ਰਾਤ ਇਸ ਸਥਾਨ 'ਤੇ ਵਿਸ਼ਰਾਮ ਕੀਤਾ ਅਤੇ ਕਰਤਾਰਪੁਰ ਸਾਹਿਬ ਨੂੰ ਚਾਲੇ ਪਾਏ। ਇਸ ਸਥਾਨ ਦਾ ਇਹ ਪਾਵਨ ਪਵਿੱਤਰ ਸਥਾਨ 'ਤੇ ਜੋ ਵੀ ਸੰਗਤ ਆਪਣੇ ਮਨ ਦੀਆਂ ਸ਼ਰਧਾ ਮਨੋਕਾਮਨਾ ਨਾਲ ਅਰਦਾਸ ਬੇਨਤੀਆਂ ਕਰਾਉਂਦੀਆਂ ਹਨ ਸਭ ਦੀਆਂ ਅਰਦਾਸ ਬੇਨਤੀਆਂ ਛੇਵੇਂ ਪਾਤਸ਼ਾਹ ਜੀ ਪੂਰਨ ਕਰਦੀਆਂ ਹਨ। ਗੁਰੂ ਦੀ ਮਹਾਨ ਬਖਸ਼ਿਸ਼ ਕਿਰਪਾ ਹੈ ਇਸ ਸਥਾਨ 'ਤੇ ਸੰਗਰਾਂਦ ਮਸਿਆ ਅਤੇ ਹੋਰ ਗੁਰਪੁਰਬ ਦਿਨ ਤਿਉਹਾਰ 'ਤੇ ਸੰਗਤਾਂ ਪਹੁੰਚਦੀਆਂ ਹਨ। ਮੰਗਲਵਾਰ ਨੂੰ ਇਸ ਸਥਾਨ 'ਤੇ ਇੱਕ ਬੀਬੀਆਂ ਦਾ ਜੋ ਸਥਾਨਕ ਜਥਾ ਹੈ ਉਹ ਇਸ ਸਥਾਨ ਦੇ ਉੱਪਰ ਹਰ ਮੰਗਲਵਾਰ ਨੂੰ ਕੀਰਤਨ ਦੀ ਸੇਵਾ ਕਰਦੀਆਂ ਹਨ ਅਤੇ ਐਤਵਾਰ ਨੂੰ ਸ਼੍ਰੋਮਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਜੋ ਹਨ ਉਸ ਸਥਾਨ 'ਤੇ ਪਾਠ ਕਰਦੀਆਂ ਹਨ। ਅੰਮ੍ਰਿਤ ਵੇਲੇ ਤੋਂ ਨਿਤਨੇਮ ਆਸ਼ਾ ਜੀ ਦੀਵਾਰ ਦੇ ਕੀਰਤਨ ਅਤੇ ਸੰਗਤਾਂ ਦੀ ਸੁਸ਼ੋਭਤਾ ਹੁੰਦੀ ਹੈ। ਇਸ ਸਥਾਨ ਦੀ ਸ਼ੋਭਾ ਬਹੁਤ ਉਸਤਤ ਯੋਗ ਹੈ।
ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ। ਆਈ ਗਈ ਸੰਗਤ ਨੂੰ ਰਹਿਣ ਵਾਸਤੇ ਇੱਥੇ ਜਗ੍ਹਾ ਦਿੱਤੀ ਜਾਂਦੀ ਹੈ। ਮਹਾਰਾਜ ਨੇ ਇਸ ਮਹਾਨ ਸਥਾਨ ਨੂੰ ਬਹੁਤ ਉਪਮਾ ਬਖਸ਼ਿਸ਼ ਕੀਤੀ ਹੈ। ਛੇਵੇਂ ਪਾਤਸ਼ਾਹ ਦਾ ਇਹ ਸਥਾਨ ਹੈ। ਆਪ ਸਭ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰੋ ਜੀ, ਆਪਣੇ ਜੀਵਨ ਸਫਲ ਕਰੋ, ਮਨ ਦੀਆਂ ਸ਼ਰਧਾ ਮਨੋਕਾਮਨਾ ਪੂਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।